ਪ੍ਰਿੰਸ ਨੂੰ ਤਾਂ ਰੂਬੀ ਵਾਉਣੀ ਆ ਮੈਂ ਕਿਹੜੀ ਰੂਬੀ ਵਾਉਣੀ ਬੈ ਤੁਸੀਂ ਬਹੁਤ ਦੇਰ ਕੋਨੇ ਦਾ ਬਾ ਚੈੱਕ ਕਰੋ ਤੇ ਬੁਲਟ ਦੀ ਤੇ ਕਹਿੰਦੇ ਕਹਨੂੰ ਗੱਲਾਂ ਹੋਣੀਆਂ ਖਾਲਾ ਤੈਨੂੰ ਭੁੱਖ ਲੱਜਣੀ ਵੇਖ ਲਾ ਲੈ ਗਿਆ ਮੈਂ ਸਾਰਿਆਂ ਨੂੰ ਲੈ ਵੀ ਮਿੱਤਰਾ ਅੱਜ ਦੇ ਦਿਨ 'ਤੇ ਅੱਜ ਦੇ ਵਲੋਗ ਦੀ ਸ਼ੁਰੂਆਤ ਕਰਤੀ ਜਿਨ੍ਹਾਂ ਨੇ ਕੱਲ੍ਹ ਵਾਲਾ ਵਲੋਗ ਵੇਖਿਆ ਉਹਦੇ ਐਂਡਿੰਗ 'ਚ ਇਹ ਗੱਲ ਆਪਾਂ ਕਹੀ ਕਿ ਕੱਲ੍ਹ ਕਿਤੇ ਜਾਣਾ ਆ ਪਰ ਪ੍ਰੋਗਰਾਮ ਹੋ ਗਿਆ ਇਹ ਕੈਂਸਲ ਮੈਂ ਵੀ ਕਿਹਾ ਕਿ ਪਤਾ ਨਹੀਂ ਕੀ ਬਣ ਜਾਣਾ ਸਵੇਰ ਨੂੰ ਕਿੱਧਰ ਨੂੰ ਹੋਏਗਾ ਮੂਡ ਮੂਡ ਇਹ ਕਹਿੰਦਾ ਕਿ ਅੱਜ ਨਹੀਂ ਜਾਵਾਂਗੇ ਆਪਾਂ ਅੱਜ ਘਰ ਆਵਾਂਗੇ ਐਤਵਾਰ ਹੈਗਾ ਵਾ ਮਾਹੌਲ ਚੱਲ ਘਰ ਬਣਾਵਾਂਗੇ ਅੱਜ ਹੈ ਨਾ ਉੱਠਿਆ ਤਾਂ ਮੈਂ 6 ਵਜੇ ਦਾ ਪਰ ਫਿਰ ਉਹ ਗੱਲ ਫੋਨ 'ਤੇ ਲੱਗਿਆ ਨੂੰ ਕਿ 7 ਵੱਜ ਗਏ ਆ ਅਤੇ ਵੇਖੀ ਬਾਹਰ ਦਾ ਮਾਹੌਲ ਚੱਲ ਵੀ ਇਹ ਪਾਣੀ ਦਾ ਨਹੀਂ ਚਲੀਏ ਸੈਰ ਨੂੰ ਦੋਵੇਂ ਕਿੱਦਾਂ ਵੇਟ ਕਰਨ ਦੇ ਨਾਲ ਜਾਣ ਨੂੰ ਹੈ ਬਾਹਰ ਇੱਦਾਂ ਨਹੀਂ ਹਾਂ ਚੱਲ ਆ ਹਜੇ ਨਹੀਂ ਜਾਣਾ ਅਜੇ ਪਾਣੀ ਪੀਣਾ ਮੈਂ ਗਰਮ ਕਰਕੇ ਲੈ ਹੈਂ ਆ ਨਿਗਾਹ ਐਡਾ ਉਤਰਾ ਨਾ ਪੈਂਥਰ ਛੱਡ ਤਾ ਨਾ ਖੁੱਲ੍ਹਾ ਅਤੇ ਤੈਨੂੰ ਹੁਣ ਗੱਲ ਨਹੀਂ ਹੋਣੀ ਬਾਅਦ ਚੋਂ ਹੈਂ ਦੱਸਦਾ ਨਹੀਂ ਲੈ ਬਈ ਪਾਣੀ ਕਰੀਏ ਗਰਮ ਗੁੱਡ ਮੋਰਨਿੰਗ ਬਾਬਾ ਗੁੱਡ ਮੋਰਨਿੰਗ ਬਸ ਠੀਕ ਚੱਲ ਚੱਲ ਪੁੱਤ ਬਾਹਰ ਚਲੋ 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 ਚੱਲ ਪੁੱਤ ਆ ਜਾਓ ਫਿਰ ਵੀ ਮੇਰੇ ਤੋਂ ਹੀ ਕਾਲੇ ਜੇ ਤੁਸੀਂ ਬਾਹਰ ਜਾਣ ਨੂੰ ਚਲੋ ਮਹਾਰਾਜ ਚਲੋ ਹੈਂ ਲੈ ਵੀ ਜਿਹੜਾ ਸਵੇਰ ਵਾਲਾ ਮਾਹੌਲ ਹੈ ਨਾ ਕਹਿੰਦੇ ਕਾਹਨੂੰ ਗੱਲਾਂ ਲਾਈਏ ਕਾਹਨੂੰ ਗੱਲਾਂ ਵਾਲਾ ਆਹ ਹਾਂ ਆ ਜਾਓ ਆ ਜਾਓ ਲੈ ਵੀ ਲਾਈਏ ਅੱਧਾ ਘੰਟਾ ਵੈਸੇ ਜਿਹੜੇ ਹਿਸਾਬ ਨਾਲ ਮੈਂ 6 ਵਜੇ ਦਾ ਉੱਠਿਆ ਕਿਤੇ ਪਾਣੀ ਧਣੀ ਪੀ ਗਈ ਉਦੋਂ ਹੀ ਬੰਦਾ ਬਾਹਰ ਨੂੰ ਆ ਜਾਏ ਨਾ ਹੋਰ ਵਧੀਆ ਲੱਗੇ ਹੈ ਵੇਖ ਨਹੀਂ ਗਾਜਾ ਕਿੱਦਾਂ ਫਿਰਦਾ ਜੀ ਪੈਂਥਰ ਖੁੱਲ੍ਹਾ ਛੱਡਿਆ ਹੁੰਦਾ ਨਾ ਨਾਲ ਤੇਰੀਆਂ ਚੀਕਾਂ ਪਵਾ ਛੱਡਣੀਆਂ ਉਹਨੇ ਉਹਦੇ ਤੇ ਸਾਹ ਪ੍ਰਾਣ ਤਾਂ ਚੜ੍ਹੇ ਹੁੰਦੇ ਕੁੜੀ ਆ ਵੇਰੇ ਹੈਂ ਵਾਹਿਗੁਰੂ ਮਹਾਰਾ ਸੱਚਿਆ ਪਾਤਸ਼ਾਹ ਮਿੱਤਰਾ ਮੈਂ ਸੈਰ ਕਰਨ ਆਇਆ ਦਿਮਾਗ ਕੁੜੀ ਆ ਨਾ ਸਾਲਾ ਪੁੱਠੇ ਪਾਸੇ ਚੱਲ ਗਿਆ ਪੁੱਠੇ ਪਾਸੇ ਨਹੀਂ ਉਹ ਵਾਲੇ ਪੁੱਠੇ ਪਾਸੇ ਨਾ ਸਮਝਿਓ ਮਤਲਬ ਇੱਕ ਚੀਜ਼ ਲੱਭ ਗਈ ਆ ਜਿਹਦੇ ਵਾਸਤੇ ਰੂਬੀਕੋਨ ਆਪਾਂ ਘੁਮਾ ਫਿਰਾ ਸਕਦੇ ਹਾਂ ਨਾ ਕਿ ਜਿਹੜੀ ਚੀਜ਼ ਦਾ ਇੰਤਜ਼ਾਰ ਸੀ ਉਹ ਅੱਜ ਆਪਾਂ ਕਰ ਸਕਦੇ ਹਾਂ ਨਾ ਮੈਨੂੰ ਪੈਲੀਆਂ ਵਿਹਲੀਆਂ ਲੱਭਣ ਨਹੀਂ ਰਹੀਆਂ ਮੈਂ ਸੈਰ ਕਰਦਾ ਕਰਦਾ ਆਇਆ ਇੱਧਰ ਤਾਂ ਮੈਂ ਵੇਖਣਾ ਮਾਹੌਲ ਚਾਲ ਇਹ ਰੂਬੀਕੋਨ ਤਾਂ ਬਾਹਲੀ ਸੋਹਣੀ ਘੁੰਮਣੀ ਇੱਥੇ ਹੈ ਨਾ ਜਿੰਨੀ ਉਹਦੇ ਇੰਜਨ 'ਚ ਪਾਵਰ ਹੈ ਜੇ ਸਵਾਦ ਬੜਾਉਣਾ ਤੁਹਾਨੂੰ ਥਾਂ ਆਉਂਦਾ ਇੱਧਰ ਚੈੱਕ ਕਰੋ ਹੁਣ ਵਿਹਲਾ ਹੈ ਨਾ ਆਹ ਤਿੰਨਾਂ 4 ਕਿੱਲਿਆਂ ਦੀ ਪੱਟੀ ਆ ਇੱਧਰ ਉਹ ਪਰਲੇ ਆਲੂ ਪੁੱਟਣ ਵਾਲੇ ਆ ਪਰ ਮੈਂ ਤਾਂ ਇੱਧਰ ਅੱਜ ਆਪਾਂ ਮਾਹੌਲ ਬਣਾਵਾਂਗੇ ਉੱਦਾਂ ਮੈਂ ਜਾਣਾ ਚੰਡੀਗੜ੍ਹ ਨੂੰ ਪਰ ਉਹ ਮੈਂ ਕਰਤਾ ਪ੍ਰੋਗਰਾਮ ਕੈਂਸਲ ਆ ਉਹ ਕੰਮ ਕਰਾਂਗੇ ਆਪਾਂ ਕੱਲ੍ਹ ਜਾਂ ਪਰਸੋਂ ਹੈ ਨਾ ਕਿ ਅੱਜ ਇੱਕ ਦੋ ਕੰਮ ਇੱਥੇ ਹੈਗੇ ਅਤੇ ਮੈਂ ਤਾਂ ਉਹ ਨਾ ਬੇੜ ਦੀ ਹੈ ਕਿਉਂਕਿ ਚੰਡੀਗੜ੍ਹ ਜੋ ਚੱਲ ਜਾਈਦਾ ਨਾ ਚੰਡੀਗੜ੍ਹ ਜਾ ਕੇ 2-4 ਦਿਨ ਬੰਨੇ ਜਾਈਦਾ ਇੱਕ ਦਿਨ ਲਈ ਆ ਸਾਲਾ ਉੱਥੇ ਜਾ ਕੇ ਬਸ ਜੀ ਲੱਗ ਜਾਂਦਾ ਹੈ ਨਾ ਆਹ ਵੀ ਕਰ ਲਈਏ ਕੱਲ੍ਹ ਚੱਲ ਜਾਵਾਂਗੇ ਉੱਥੇ ਇਹੋ ਚੀਜ਼ ਨਹੀਂ ਵਾਪਸ ਆਉਂਦੀ ਹੁੰਦੀ ਚੱਲ ਯਾਰ ਸ਼ਾਮਾਂ 'ਤੇ ਪੈ ਗਈਆਂ ਚੱਲ ਸਵੇਰੇ ਚੱਲਦੇ ਹਾਂ ਸਵੇਰੇ ਫਿਰ ਲੇਟ ਉੱਠੀਦਾ ਫਿਰ ਦੁਪਹਿਰ ਦੁਪਹਿਰ ਨੂੰ ਤੁਰਨ ਨੂੰ ਜੀ ਨਹੀਂ ਕਰਦਾ ਫਿਰ ਸ਼ਾਮ ਨੂੰ ਫਿਰ ਇਹ ਕਰਦੇ ਕਰਦੇ 3-4 ਦਿਨ ਸਾਡੇ ਉੱਥੇ ਲੰਘ ਜਾਂਦੇ ਆ ਪਰ ਅੱਜ ਇੱਥੇ ਮਾਹੌਲ ਬਣਾਉਣਾ ਗਿਆ ਸਰਪੰਚ ਨਹੀਂ ਕੱਲ੍ਹ ਇੱਥੇ ਹੱਲਾਂ ਪਾਈ ਫਿਰਦੇ ਰਹੇ ਕੱਲ੍ਹ ਪੂਰਾ ਉਹਨਾਂ ਚਿੱਲ ਕੀਤਾ ਅਤੇ ਕੱਲ੍ਹ ਅਸੀਂ ਗਏ ਸੀ ਸੋਢੀ ਦੇ ਪ੍ਰੋਗਰਾਮ 'ਤੇ ਅੱਜ ਬਣਾਉਂਦੇ ਮਾਹੌਲ ਆਪਾਂ ਇੱਥੇ ਹੈਂ ਟੁੱਕ ਜਾਓ ਵੇਟ ਕਰੋ ਸਕਿੱਪ ਕਰਨ ਲੱਗੇ ਵਲੋਗ ਇੱਦਾਂ ਨਹੀਂ ਅਜੇ 2-4 ਦਿਨ ਕੰਮ ਦੀਆਂ ਗੱਲਾਂ ਕਰਨੀਆਂ ਇੱਦਾਂ ਨਾ ਕਰਿਆ ਕਰੋ ਹੁਣ ਤੁਹਾਨੂੰ ਇਹ ਪਤਾ ਲੱਗ ਗਿਆ ਗਾੜੇ ਪਾਸੇ ਜਾ ਕੇ ਹੁਣ ਰੂਬੀਕੋਨ ਘੁੰਮਣੀ ਆ ਅਤੇ ਤੁਸੀਂ ਹੁਣ ਵਲੋਗ ਸਕਿੱਪ ਕਰਨ ਲੱਗੇ ਜੀ ਹੈਂ ਵੇ ਕਿੱਡੇ ਤੇਜ਼ ਕੀ ਲੱਗਦਾ ਹੈਂ ਟੁੱਕੋ ਕੀ ਕਹਿੰਦਾ ਏ ਚੱਲ 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 ਨਿਗਾਹ ਜਿੰਨਾ ਨਿੱਕਾ ਉਹਨਾਂ ਤਿੱਖਾ ਹੈ ਚੱਲ 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 ਚੱਲੀ ਚਲੋ 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 ਬਹੁਤ ਫਨ ਕਰ ਲਿਆ ਤੇਰੀ ਕੁੜੀ ਹੈ ਲਿਫਟ ਕੱਢ ਲਾਉਣ ਵਾਲੀ ਤੇਰੀ ਚੈਸੀ ਸਾਰੀ ਲੱਗ ਜਾਂਦੀ ਹੈ ਭੈਣ ਦਿਆ ਯਾਰ ਹੈਂ ਕੁੜੀ ਹੈ ਸਾਰੀ ਚੈਸੀ ਗੰਦੀ ਵੀ ਤੇਰੀ ਭੈਣ 'ਚੋਂ ਚਲਾ ਚੱਲੀਏ ਆ ਜਾ ਆ ਜਾਓ ਆ ਜਾਓ ਆ ਜਾਓ ਬਹੁਤ ਫਨ ਕਰ ਲਿਆ ਚਲੋ ਘਰ ਨੂੰ ਜੀ ਹੁਣ ਮੈਂ ਘਰ ਜਾਣਾ ਜੀ ਨਹੀਂ ਕਰਨਾ ਚਲੋ ਚੱਲ ਚੱਲ ਓ ਚੱਲ ਸੁਣਿਆ ਨਹੀਂ ਚਲੋ ਚਲੋ ਬਹੁਤ ਫਨ ਕੀਤਾ ਚਲੋ ਸੈਰ ਤਾਂ ਕਰ ਰਿਹਾ ਜੀ
ਤੇ ਜਿਹੜੇ ਮਾਤਾ ਨੇ ਛੋਲੇ ਤੇ ਬਦਾਮ ਭੇਜੇ ਰਾਤ ਦੇ ਉਹ ਖਾਈਏ। ਪਤਾ ਪਾਣੀ ਗਰਮ ਕੀਤਾ? ਹਾਂ, ਬਸ ਖਾ ਕੇ ਨਾ ਕੀ ਕੜੀ ਧੋਣ ਕੇ ਕੜੀ ਚੋਲ ਖਵਾਓਗੇ ਜੀ ਫਿਰ। ਹੈ ਕਿਆ ਬਾਤ ਹੈ, ਬਸ ਠੀਕ ਹੈ। ਹੈਂ ਪੈਂਤਰ ਹੁਣ ਕਿਹਨੇ ਖੋਲਤਾ? ਉਹ ਪੁੱਤ ਕਿੱਥੇ ਆਈ? ਇਹ ਤਾਂ ਪੂਰਾ ਫਨ ਕਰਕੇ ਆਏ ਬਾਹਰ। ਹੈਂ ਆਪਾਂ ਕਦੇ ਨਜ਼ਰ ਹੀ ਨਹੀਂ ਆਏ। ਲੈ ਵੀ ਇਹ ਮੀਲ ਜੀ ਆਪਣੀ ਪਹਿਲੀ, ਇਹ ਤੋਂ ਪਹਿਲਾਂ ਇੱਕ ਹੁੰਦੀ ਆ ਪਰ ਇਹ ਮੀਨ ਹੈ, ਉਹ ਬਹੁਤ ਜ਼ਿਆਦਾ ਮੀਨ ਹੈ, ਉਹ ਬਹੁਤ ਜ਼ਿਆਦਾ ਮੀਨ ਹੈ, ਉਹ ਤੁਹਾਨੂੰ ਦੱਸ ਨਹੀਂ ਸਕਦਾ ਮੈਂ, ਬਾਕੀ ਸਮਝਣ ਵਾਲੇ ਸਮਝਾਂ। ਉਹ ਪੁੱਤ ਕਿੱਦਾਂ ਫਿਰ? ਇੱਧਰਾ ਇੱਥੇ ਆ ਜਾ, ਇੱਧਰਾ ਕੀ ਖਾਈ ਜਾਂਦਾ? ਗਲਤ ਗੱਲ ਆ ਵੇਲਾ, ਫਿਰ ਕੀ ਖਾ ਗਿਆ ਦੱਸਦਾ ਨਹੀਂ? ਹੂੰ ਹੋਏ ਕੀ ਇੱਧਰ ਮਜ਼ਾ ਆਉਂਦਾ ਹੈ ਓਏ? ਦੱਸਦਾ ਨਹੀਂ, ਜੇ ਪ੍ਰਧਾਨ ਨੂੰ ਪਤਾ ਲੱਗ ਗਿਆ ਮੈਂ ਤੈਨੂੰ ਪਿਆਰ ਕਰਨ ਡਿਆ ਤੇ ਤੂੰ ਜੈਲਸੀ ਬੜੀ ਕਰਦਾ ਜੀ ਹੈ ਓਏ। ਹੂੰ ਉੱਤੇ ਆਉਣਾ, ਉੱਤੇ ਨਹੀਂ ਆਉਣਾ, ਖਰਾਬੀਆਂ ਕਰਦਾ ਤੂੰ ਹੈ ਓਏ, ਦੱਸਦਾ ਨਹੀਂ। ਹਾਂ ਹਾਂਜੀ, ਇੰਨੀ ਕਾ ਜਾਂਦਾ ਜੀ ਮੈਂ, ਇੰਨੀ ਕੇ ਜੀ ਨੂੰ ਲੈ ਕੇ ਆਇਆ ਵੀਡੀਓ, ਮੈਨੂੰ ਲੱਭ ਲੈਂਦਾ ਤਾਂ ਲੱਭ ਗਈ ਨਾ, ਵਲੋਗ ਦੇ ਵਿੱਚ ਐਡ ਕਰੂੰਗਾ। ਜਮਾ ਨਿਗਾ ਯਾਰ, ਨਾਲ ਨਾਲ ਰਹਿਣਾ ਇਹਨੇ ਮੇਰੇ, ਵੱਡਾ ਆ ਗਿਆ ਪਰ ਪਿਆਰ ਅਜੇ ਬੜਾ ਕਰਦਾ, ਪਿੱਛੇ ਜੇ ਬਿਮਾਰ ਹੋ ਗਿਆ ਬੜਾ ਔਖਾ ਬਚਾਇਆ ਜੀ ਨੂੰ, ਅਜੇ ਤੇਰਾ ਦਾਣਾ ਪਾਣੀ ਲਿਖਿਆ ਦੱਸਦਾ ਨਹੀਂ। ਹਾਏ ਮੇਰਾ ਪੁੱਤ ਜਾ, ਹਾਏ ਮੇਰਾ ਪੁੱਤ ਜਾ, ਚੱਲ ਚੱਲੀ ਬਾਹਰ, ਚੱਲ ਚੱਲੀ ਆਪੇ ਜਾ ਕੇ ਬੜੇ, ਮੈਨੂੰ ਕੁਛ ਨਹੀਂ ਕਿਹਾ। ਹਾਂ ਨਿਕਲ ਬਾਹਰ ਹੁਣ, ਆਪੇ ਬੜੇ ਦੋਵੇਂ ਜਾਣੇ ਜਾ ਕੇ। ਕਿਉਂ ਪੈਂਥਰ? ਪੈਂਥਰ ਮੈਂ ਪੱਕਾ ਜੁੱਟ ਬਣਾ ਲਿਆ ਬਾਬੂ, ਤੁਸੀਂ ਕਰਦੇ ਦੋਵੇਂ ਜਾਣੇ ਖਰਾਬ, ਮੈਨੂੰ ਮੈਂ ਉਹਨੂੰ ਖੜਾ ਕਰਦਾ ਨਾਲ, ਠੀਕ ਹੈ ਪੈਂਥਰ? ਹੈ ਓਏ ਆ ਜਾ ਬਾਹਰ ਪੈਂਥਰ, ਆ ਗਏ ਕੁੜੀ ਆ ਓਏ। ਹੈਂ ਚੱਲ ਪ੍ਰਧਾਨ ਅੰਦਰ, ਚੱਲ ਇੱਧਰ ਇੱਧਰ ਆ ਜਾ, ਚੱਲ ਇੱਧਰ ਚੱਲ। ਕੋਈ ਇੱਕ ਮਿੰਟ ਤੈਨੂੰ ਇੱਥੇ ਰੱਖਣਾ ਮੈਂ, ਓਏ ਉਹਨਾਂ ਦੇ ਭਾਰੀਆਂ ਬਣ ਗਿਆ ਅੰਦਰ। ਬਾਹਰ ਜਾਣਾ? ਬਾਹਰ ਨਹੀਂ ਜਾਣਾ ਆਪਾਂ, ਇੰਦਰ ਖੇਡਦੇ ਆ ਜਾ, ਚੱਲ ਚੱਲ। ਮੇਰੇ ਸਾਰੇ ਕੱਪੜੇ ਲਪੇਟ ਦਿੰਦਾ ਮਾਮਾ ਨੂੰ, ਹੈ ਓਏ ਪੂਰਾ ਮੈਂ ਪਸੰਦ ਨੀ ਜਾਣ ਡਿਆ, ਆ ਗੇਟ ਮਾਰ ਦੋ ਬੀਤੇ, ਹੈ ਨਾਲੇ ਬੰਨ ਬੰਨ ਦੋ ਪ੍ਰਧਾਨ ਨੂੰ, ਇਹਨੂੰ ਬੰਨ ਦੋ ਪ੍ਰਧਾਨ ਲੈ ਇਹਨੂੰ। ਹਾਂ ਵੀ ਮਾਣੇ, ਉਹ ਤੈਨੂੰ ਖੋਲ ਦਿੱਤਾ, ਤੈਨੂੰ ਹੋਰ ਕੀ ਚਾਹੀਦਾ, ਬਾਹਰ ਕਿਉਂ ਨਹੀਂ ਆਉਂਦਾ ਹੁਣ ਉਹਨੂੰ? ਕੁੱਖ ਉਹਨੂੰ ਜਾਓ, ਦੂਜੀ ਆ ਵੀ, ਮਿਸਤਰੀਆਂ ਨੇ ਕਰਨਾ ਇੱਕ ਕੰਮ ਸ਼ੁਰੂ ਇੱਧਰ ਦਾ, ਗੱਡੀਆਂ ਕੱਢਣੀਆਂ ਪੈਣੀਆਂ ਜੀ ਬਾਹਰ, ਅੱਜ ਮੇਰੇ ਹਿਸਾਬ ਨਾਲ ਇੱਥੇ ਵੀ ਕੰਧ ਹੋ ਜਾਣੀ, ਪਰ ਲਹਿਰੀਆ ਬੰਦ ਹੋ ਜਾਣਾ। ਕਿਹਦੇ ਨਾਲ? ਲਾਡੀ ਨਾ ਕੀ ਆ ਬਾਜੀ ਪਿਲ ਗਈ ਬਾਜੀ ਲਾਡੀ ਦੀ, ਉਹ ਤੇਰਾ ਭਲਾ ਜੇ
ਤੇ ਕੰਮ ਹੀ ਖਰਾਬ ਹੋਏ ਲੱਗਾ ਸੀ ਤੇ ਹੈ ਮਾ ਦਿਨਾ ਕੱਪੜੇ ਕੱਟ ਕੇ ਮੈਂ ਸਾਰੇ ਨਹੀਂ ਧੋਣ ਵਾਲੇ ਕੱਪੜੇ ਮਾਰੇ ਦਾ ਪੈਠ ਆਪਾਂ ਕਰ ਲਿਆ ਜੀ ਤੇ ਤੁਹਾਨੂੰ ਮੈਂ ਗੱਲ ਦੱਸਦਾ ਕੰਮ ਦੀ ਹਨਾ ਜਦੋਂ ਮੈਂ ਪਾਠ ਕਰਦਾ ਉਦੋਂ ਬੜੀਆਂ ਗੱਲਾਂ ਦਿਮਾਗ 'ਚ ਲੰਡੀ ਦਿੰਦੀਆਂ ਅਤੇ ਬਾਬੇ ਦੀ ਕਿਰਪਾ ਨਾਲ ਨਾ ਵਧੀਆ ਗੱਲਾਂ 'ਚ ਲੰਡੀਆਂ ਹੁੰਦੀਆਂ ਹੈ ਨਾ ਅਤੇ ਫਿਰ ਉਹਨਾਂ ਗੱਲਾਂ 'ਚੋਂ ਮੇਰਾ ਮੈਨੂੰ ਹੁੰਦਾ ਕਿ ਮੈਂ ਕੋਈ ਨਾ ਕੋਈ ਗੱਲ ਤੁਹਾਡੇ ਨਾਲ ਸ਼ੇਅਰ ਕਰਾਂ ਗੱਲ ਇੱਦਾਂ ਜਾਣ ਮੇਰੀ ਇਹ ਪਹਿਲੀ ਗੱਲ ਤਾਂ ਕਿ ਜਿਹੜੇ ਭਰਾ ਮੈਨੂੰ ਵਹਿੰਦੇ ਆ ਜੇ ਗੁਰਦੁਆਰਾ ਸਾਹਿਬ ਨਹੀਂ ਜਾਂਦੇ ਜਾਂ ਜਿਹੜੇ ਧਰਮ ਨੂੰ ਤੁਸੀਂ ਮੰਨਦੇ ਜੇ ਤੁਸੀਂ ਉੱਥੇ ਨਹੀਂ ਜਾਂਦੇ ਹੈ ਨਾ ਤਾਂ ਜਾਇਆ ਕਰੋ ਪਾਠ ਕਰਿਆ ਕਰੋ ਸੇਵਾ ਕਰਿਆ ਕਰੋ ਅਤੇ ਆਪਣੇ ਜ਼ਿੰਦਗੀ ਦੇ ਫੈਸਲੇ ਆ ਜਿਹੜੇ ਉਹ ਮਾਲਕ 'ਤੇ ਛੱਡ ਦਿਉ ਉਹ ਤੁਹਾਡਾ ਕੁਛ ਵਿਗਾੜਦਾ ਨਹੀਂ ਸਵਾਰੂਗਾ ਜੀ ਉੱਤੇ ਛੱਡ ਦਿਉ ਕਿ ਬਸ ਸੱਚਿਆ ਪਾਤਸ਼ਾਹ ਤੁਸੀਂ ਕਰਨਾ ਜੋ ਵੀ ਕਰਨਾ ਤੁਸੀਂ ਬਸ ਇੰਨਾ ਕਰਨਾ ਕਿ ਗੁਰੂ ਘਰ ਜਾਣਾ ਪਾਠ ਕਰਨਾ ਆਪਣੀ ਨੀਤ ਸਾਫ਼ ਰੱਖਣੀ ਕਿਸੇ ਨੂੰ ਮਾੜਾ ਨਹੀਂ ਕਹਿਣਾ ਠੀਕ ਆ ਬਸ ਆਪਣੇ ਜੋ ਤੁਸੀਂ ਕੰਮ ਕਰਦੇ ਜੋ ਕੰਮ ਧੰਦੇ 'ਚ ਆਪਣਾ ਮਸਤ ਰਹਿਣਾ ਅਤੇ ਵੇਖਿਓ ਬਾਬਾ ਕਿੱਦਾਂ ਮੇਰਾ ਰਹਿਮਤਾ ਕਰਦਾ ਕਿੱਦਾਂ ਦਿਨ ਸਿੱਧੇ ਹੁੰਦੇ ਹੈ ਨਾ ਕਿ ਬਾਕੀ ਜੇ ਤੁਸੀਂ ਇਹ ਚੀਜ਼ ਸੋਚੋ ਕਿ ਜਿੱਦਾਂ ਆਪਾਂ ਕਿਰਾ ਕਹਿ ਨਹੀਂ ਦਿੰਦੇ ਯਾਰ ਫਲਾਣੇ ਨੇ ਉਹ ਚੀਜ਼ ਲਈ ਯਾਰ ਮੈਂ ਕਦੋਂ ਲਊਂਗਾ ਇਹ ਚੀਜ਼ ਨਹੀਂ ਕਰਨੀ ਜੋ ਤੁਹਾਡੇ ਕੋਲ ਹੈਗਾ ਜੋ ਤੁਹਾਨੂੰ ਰੱਬ ਨੇ ਦਿੱਤਾ ਵਾ ਪਹਿਲੀ ਗੱਲ ਤਾਂ ਉਹ 'ਚ ਖੁਸ਼ ਰਹੋ ਅਤੇ ਉੱਤੋਂ ਹੀ ਆਸ ਰੱਖੋ ਕਿਸੇ ਬੰਦੇ ਤੋਂ ਵੀ ਆਸ ਨਾ ਰੱਖੋ ਕਿ ਯਾਰ ਉਹ ਮੇਰੇ ਲਈ ਆਹ ਕਰ ਦੂਗਾ ਉਹ ਮੇਰੇ ਲਈ ਆਹ ਕਰ ਦੂ ਕਰਨਾ ਤੁਹਾਨੂੰ ਆਪ ਨੂੰ ਪੈਣਾ ਅਤੇ ਉਹ ਮਾਲਕ ਦੀ ਮਿਹਰ ਰਹਿਮਤਾਂ ਨਾਲ ਆਉਣਾ ਹੈ ਨਾ ਉਹਦੇ ਘਰ ਜ਼ਰੂਰ ਜਾਇਆ ਕਰੋ ਠੀਕ ਹੈ ਅਤੇ ਹੁਣ ਆਪਾਂ ਚਲੀਏ ਬਾਹਰ ਨੂੰ ਦੋਜੀ ਮੇਰੀ ਕਹਿੰਦੇ ਦੋਜੀ ਕਹਿੰਦਾ ਚਲੋ ਟਾਈਮ ਦਾ ਲਾਤਾ ਆਇਆ ਅੱਜ ਆਇਆ ਔਰਸ ਬਣਾਈਏ ਉਹ ਤਾਂ ਇੱਥੇ ਬੈਠਾ ਤੇਰਾ ਭਲਾ ਅਜੇ ਤੇਰਾ ਮੇਰੇ ਹਿਸਾਬ ਨਾਲ ਔਰਸ ਵੀ ਮੁੱਕੇ ਆਪਣੇ ਤੇ ਜਿੱਥੇ ਤੱਕ ਮੈਨੂੰ ਲੱਗਦਾ ਡੱਬਾ ਖਾਲੀ ਲੱਗਦਾ ਮੈਨੂੰ ਥੋੜ੍ਹੇ ਜਿਹੇ ਹੈਗੇ ਜਮਾਂ ਥੋੜ੍ਹੇ ਜਿਹੇ ਕਰੂਗਾ ਚੱਲ ਸਰ ਜੂਗਾ ਰੋਟੀ ਖਾ ਲਾਂਗੇ ਲੈ ਬਈ ਮਿੱਤਰਾ ਔਟਸ ਰੈਡੀ ਹੈ ਆਪਣੇ ਖਾਈਏ ਅਤੇ ਫਿਰ ਵੇਖੀਏ ਕੰਮ ਧੰਦਾ ਕੋਈ ਮੈਂ ਵੀ ਬੀਤੇ ਹੋਣਾਂ ਨੇ ਕੰਮ ਖਿੱਚਿਆ ਪਿਆ ਜੀ ਹੈ ਬੀਤਿਆ ਅਤੇ ਗਾੜੀ ਕੰਮ ਮਹਿੰਗਾ ਮਹਿੰਗਾ ਤਾਂ ਚੱਲਦਾ ਹੁੰਦਾ ਡਿਆ ਹੈ ਫਿਰ ਤਾਂ ਨਹੀਂ ਮਿਲਣੀ ਫਿਰ ਰੇਟ ਕਾਲੀ ਜੀ ਪੁੱਛੋ ਇੱਕ ਦੋ ਥਾਂ ਤੋਂ ਯਾਰ ਜੇ ਸਾਰੀ ਰੇਟ ਤਾਂ ਆਪਾਂ ਉਹ ਲਾਈ ਤਾਂ ਹੁਣ ਜੇ ਆਪਾਂ ਲਾਤੀ ਤਾਂ ਕੰਮ ਗਲਤ ਹੋਏ ਨਾ ਹੈ ਨਾ ਲੈ ਵੀ ਮਿੱਤਰਾ ਕੰਮ ਦੋ ਦੋ ਖਿੱਚਿਆ ਪਿਆ ਜੇ ਤੁਹਾਨੂੰ ਤੁਸੀਂ ਕਹੋਗੇ ਇੱਧਰ ਬੰਨ ਕੇ ਲੱਗਾ ਇਹ ਬਣਾ ਕੇ ਤੁਹਾਨੂੰ ਫਿਰ ਹੀ ਦੱਸਾਂਗੇ ਨਹੀਂ ਤਾਂ ਫਿਰ ਕੰਮ ਸਿਰੇ ਨਹੀਂ ਚੜਦਾ ਹੈ ਇਹ ਕਮਰੇ ਆ ਅਤੇ ਪਲੱਸ ਗੱਡੀਆਂ ਦੀ ਪਾਰਕਿੰਗ ਹੈ ਇੱਥੇ ਹੋਰ ਵਾ ਵਾ ਕੁਛ ਆ ਜਦੋਂ ਬਣ ਜੂਗਾ ਫਿਰ ਤੁਹਾਨੂੰ ਦੱਸਾਂਗੇ ਫਿਰ ਲਾ ਭੁੱਖ ਲੱਗੀ ਆ ਰੋਟੀ ਖਾਈਏ ਮੈਂ 2 ਘੰਟੇ ਨੀਂਦ ਵੀ ਪੂਰੀ ਕਰ ਲਈ ਨੀਂਦ ਆ ਗਈ ਸੀ ਮੈਨੂੰ ਚੌਰ ਸਬਜ਼ੀ ਕਹਿ ਦੀ ਕੜੀ ਜੋ ਖਾ ਲੈਂਦੇ ਭੁੱਖ ਮੈਂ ਕਰ ਲੈਂਦਾ ਕੋਈ ਨਹੀਂ ਭੁੱਖ ਬਹੁਤ ਲੱਗੀ ਮੈਨੂੰ ਮੈਂ ਨੀਂਦ ਆ ਗਈ ਲੰਮੇ ਪੈ ਗਿਆ ਮੈਂ ਵੀ ਹੈ ਮੈਂ ਸਵੇਰੇ ਤੜਕੇ ਉੱਠਿਆ 5:30 ਵਜੇ ਦਾ ਮੈਨੂੰ ਬਾਅਦ ਚੋਂ ਝੁੱਕਾਂ ਹੀ ਲੱਗੀ ਜਾਣ ਫਿਰ ਮੈਂ 2 ਘੰਟੇ ਸੌਂ ਹੀ ਲਿਆ ਸਰ ਮੇਰੇ ਤੋਂ ਪਹਿਲਾਂ ਉੱਠੇ ਤੁਸੀਂ 5 ਵਜੇ ਉੱਠੇ 6 ਵਜੇ ਉਦੋਂ ਕੋ ਮੈਂ ਉੱਠਿਆ 5:30-6 ਲੈ ਵੀ ਮਾਤਾ ਕਰਨ ਲਈ ਸਬਜ਼ੀ ਗਰਮ ਕੱਲ੍ਹ ਵਾਲੇ ਵਲੌਗ ਦੇ ਵਿੱਚ ਕਮੈਂਟ ਇਹ ਆਏ ਕਹਿੰਦੇ ਬਾਈ ਕਲੀਅਰ ਅੱਗੇ ਪਿੱਛੇ ਲੱਗੀ ਜਾਣ ਮੇਰੀ ਕੋਈ ਗੱਲ ਨਹੀਂ ਫਿਰ ਕਿਹੜੀ ਗੱਲ ਆ ਇਹ ਤੁਹਾਨੂੰ ਪਤਾ ਲੱਗ ਗਿਆ ਅੱਗੇ ਪਿੱਛੇ ਲੱਗ ਗਈ ਖਾਧੀ ਪੀਤੀ 'ਚ ਹੋ ਜਾਂਦਾ ਬਥੇਰਾ ਕੁਛ ਨਾ ਤੀ ਨਹੀਂ ਜੀ ਹੈ ਕੋਈ ਗੱਲ ਨਹੀਂ ਆ ਹੋ ਜਾਂਦਾ ਕਿਸੇ ਵੇਲੇ ਵੱਧਦਾ ਘਾਟਾ ਮੈਂ ਵੀ ਮਿੱਤਰਾ ਰੋਟੀ ਆਪਣੀ ਤਿਆਰ ਹੀ ਪੰਚਾ ਪਹਿਲੀਆਂ ਵਿਹਲੀਆਂ ਦੇ ਹਾਂ ਹਾਂ ਕਮਾਈਆਂ ਰੂਬੀਕੋਨ ਅੱਜ ਕਮਾਈਏ ਕਰਾ ਦੀ ਲੜਾ ਲੜਾ ਪਾਉਣਾ ਟੂ ਟਰੈਕਟਰ ਰੂਬੀਕੋਨ ਆ ਜਾ ਫਿਰ ਲੱਗ ਜੂ ਬੜਾ ਜ਼ੋਰ ਦਾ ਲੱਗ ਜੂ ਬੱਲੇ ਬੱਲੇ ਜਿੱਥੇ ਮਰਜ਼ੀ ਆ ਜਾਓ ਅੱਜ ਨਹੀਂ ਜਾਣ ਦੇਣਾ ਹਾਂ ਵੀ ਤਾਂ ਬੜਾ ਖੁਸ਼ ਆ ਅੱਜ ਗਾਣੇ ਵੀ ਤੂੰ ਪਤਾ ਕਿਹੜੇ ਸੁਣ ਰਿਹਾ ਸੀ ਕੁਝ ਸਾਲ ਮੈਂ ਹਜੇ ਰੱਖੇ ਬਚਾ ਕੇ ਤੇਰੇ ਨਾਲ ਬਿਤਾਉਣ ਲਈ ਓਦਾਂ ਨਹੀਂ ਚੱਲਦੇ ਕਦੀ ਸੈਡ ਸੌਂ ਚੱਲਣ ਦੇ ਹੁੰਦੇ ਆ ਕੱਲ੍ਹ ਮੇਲਾ ਵੇਖਿਆ ਕਿਤੇ ਲੱਭਦੀ ਨਹੀਂ ਲਈ ਕਿਤੇ ਹੈਂ ਉੱਧਰ ਕੁੜੀਆਂ ਲਾਡੀ ਨੇ ਦਾੜੀ ਕਾਲੀ ਕਰੀ ਬੈਠੇ ਜਾਂਦੇ ਹੈਂ ਹੈਂ ਹਾਂ ਲਾਡੀ ਲੈ ਵੀ ਸਮਝਿਆ ਪਾਉਂਦੇ 4 ਵਜੇ ਫਿਰ ਮਾੜਾ ਮੌਸਮ ਠਾ ਹੋ ਜੇ ਹੈਂ ਜੈਮ ਜੀ ਨੂੰ ਉਹ ਦੇਣਾ ਜਰਾ ਲੈ ਵੀ ਭੁੱਖ ਬਹੁਤ ਜ਼ਿਆਦਾ ਲੱਗੀ ਆ ਦਾਣੇ ਪਾਉਣ ਗਿਆ ਉਹ ਮੈਂ ਸਵੇਰੇ ਉਹ ਪੈਲੀ ਵੇਖ ਕੇ ਐਂ ਵਿਹਲੀ ਮੈਂ ਇੱਧਰ ਗੱਡੀ ਗੁੱਡੀ ਘੁਮਾਵਾਂਗੇ ਅਤੇ ਉਹ ਕੁੜੇ ਖੇਲ ਖੇਲਾਂ ਵੀ ਉਹ ਖੇਲਾਂ ਵੀ ਕਰਤੀਆਂ ਅਤੇ ਆਹ ਪੈਲੀ ਕਹਿੰਦੇ ਕੱਲ੍ਹ ਨੂੰ ਵਿਹਲੀ ਕਰਨੀ ਆ ਅਤੇ ਹੈਂ ਮੈਂ ਤਾਂ ਆਖਿਆ ਸ਼ਾਮੀ ਰੂਬੀਕੋਨ ਦਾ ਗੇੜਾ ਕੱਢਾਂਗੇ ਉਹਦੇ 'ਚ ਘੁਮਾਵਾਂਗੇ ਉਹ ਐਵੇਂ ਬਾਪੂ ਨੂੰ ਮੈਂ ਆਖਿਆ ਨਾ ਬੀਜਦੇ ਅਤੇ ਹੁਣ ਨਜ਼ਾਰੇ ਲਿਆ ਕਰਨੇ ਗੁਰੂ ਮੈਂ ਪੈਲੀ ਵਿਹਲੀ ਛਡਾਈ ਇਸੇ ਕੰਮ ਲਈ ਅਤੇ ਹੁਣ ਟੋਜਨ ਪਾਲੇ ਨਹੀਂ ਹੋਰ ਗਈ ਹੈ ਵੇਖੀ ਸਹੀ ਰੂਬੀਕੋਨ 'ਚ ਕਿੰਨੀ ਕਰਤੂਤ ਆ ਰੂਬੀਕੋਨ ਦੇ ਹੈਗਾ ਕੁੰਡਾ ਆ ਨਹੀਂ ਟੁੱਟਦਾ ਪੱਕਾ ਨਾ ਵੇਖ ਲਾਂਗੇ
ਉਹ ਥਾਰੇ ਰੂਬੀਕੋਨ ਹੈ ਮਾਮਾ ਵੇਨੇ ਨੇ ਬਹੁਤ ਮੰਨਾ ਵੀ ਆਉਂਦਾ ਨਿੱਕਾ ਵੀ ਨਿੱਕੇ ਨੂੰ ਕਰ ਫੋਨ ਮੰਨਾ ਨੰਗਲ ਆ ਗਿਆ ਉਹ ਏਡਾ ਫੁੱਦੂ ਦੇਣ ਕੁੜੇ ਜੀਨ ਲੱਗਣ ਡਿਆ ਭੈਣ ਚ ਕਿੱਡੇ ਫੁੱਦੂ ਦੇਣ ਹੋ ਗਏ ਸੋਰੀ ਵੇਖੋ ਮੈਂ ਇੱਥੇ ਖਲੋਤਾ ਮੈਂ ਸਰਪੰਚ ਨੂੰ ਮੈਸੇਜ ਕਰਨ ਡਿਆ ਮੈਂ ਕਿੱਥੇ ਆ ਕਹਿੰਦਾ ਘਰੇ ਹੀ ਆ ਇਹ ਕਹਿੰਦਾ ਕੀ ਹੋਇਆ ਮੈਂ ਕੁੜੀ ਜੀਨ ਲੱਗਣ ਡਿਆ ਸਰਪੰਚ ਨੇ ਕਿਹੜਾ ਬਾਹਰ ਲੱਗਿਆ ਹੋਣੇ ਜੋ ਹੈ ਗੁਰੂਆ ਸੱਚੀ ਆ ਕਿੱਦਾਂ ਦੇ ਲੰਘੇ ਕਰਨੇ ਆ ਸਮਝ ਨਹੀਂ ਆਉਣ ਡੀ ਗੁਰੂਆ ਚੱਲ ਤੁਸੀਂ ਵਲੋਗ ਦੇਖ ਕੇ ਟਾਈਮ ਪਾਸ ਕਰ ਲੈਂਦੇ ਹੋ ਵੀ ਅੱਧਾ ਪੌਣਾ ਘੰਟਾ ਆਉਣਾ ਬਾਅਦ ਚੋਂ ਕਰੋਗੇ ਨਹੀਂ ਵਿਹਲੇ ਬੰਦੇ ਦਾ ਬੜਾ ਔਖਾ ਜਾਣਾ ਇਸ ਹੁਣ ਸਰਪੰਚ ਹੈ ਹੁਣ ਤੋਂ ਔਖਾ ਹੁੰਦਾ ਪਿਆ ਜੀ ਇਹ ਵਿਹਲੇ ਬੰਦਿਆਂ ਦਾ ਇਹ ਅਸੀਂ ਵਿਹਲੇ ਤੁਸੀਂ ਵਿਹਲੇ ਜੀ ਕੋਈ ਕੰਮ ਤਾਂ ਲੱਭੀਏ ਨਾਲੇ ਪੈਸਾ ਤਾਂ ਲੱਗ ਮਾਰਿਆ ਕਰਾਂਗੇ ਹੈ ਬਹੁਤ ਕੰਮ ਔਖਾ ਜਾਣਾ ਕਿੱਦਾਂ ਅੱਛਾ ਕੋਈ ਆਉਣ ਡਿਆ ਮੈਨੂੰ ਲਾਡੀ ਪਛਾਣਿਆ ਨੀ ਜਾਣ ਡਿਆ ਅੱਜ ਤੇ ਲਾਡੀ ਹੈਗਾ ਵੀ ਫਾਰਮ ਚ ਲਾਡੀ ਦਾੜੀ ਰੰਗ ਕਰ ਛੱਡਿਆ ਕਰ ਹੰਗਰੂ ਦਾ ਕੰਮ ਵੀ ਕਰ ਦਿੰਦਾ ਤੂੰ ਲਾਡੀ ਕਿਤੇ ਕੱਲ ਕੱਲ ਮਾਸਾ ਘੱਟ ਖਾ ਲੈਂਦਾ ਕੰਮ ਪ੍ਰੈਗੋ ਪ੍ਰੈਗੀ ਹੋ ਗਿਆ ਹੋਣਾ ਤੇ ਕੰਮ 9 ਵਜੇ ਆਂਦਾ ਮੈਂ ਰੰਗ ਲਵਾਇਆ ਲੈ ਤੇ ਲਾਉਣਾ ਲੱਤਾਂ ਹੀ ਜਿਆਦੀ ਕਾਲੀ ਹੋ ਗਈ ਆ ਸਵੇਰੇ ਦੋਜੀ ਨੇ ਪਛਾਣਿਆ ਨਹੀਂ ਕਹਿੰਦਾ ਨਵਾਂ ਬੰਦਾ ਲਾਡੀ ਹੋਣੀ ਆ ਤੂੰ ਮਾਵਾਂ ਡੇਰ ਦੇ ਫੇਰ ਆ ਕੇ ਲਾਡੀ ਵੇਲਾ ਸਵੇਰੇ ਪਿੰਨੀ ਹਜੇ ਗੋਲੀ ਵੱਟ ਕੇ ਸਵੇਰੇ ਖਾਧੀ ਤੂੰ ਫੇਰ ਆ ਗਏ ਹੋ ਗਿਆ ਹੁਣ ਸੱਚੀ ਲਾਡੀ ਗੱਲ ਸੱਚੀ ਗਈ ਬਾਥਰੂਮ ਕਰਦਾ ਤਿਆਰ ਇੱਥੋਂ ਤੱਕ ਤਿਆਰ ਕਰਨ ਲੱਗਾ ਕੋਈ ਪੈਸਾ ਨੀ ਲੱਗਦਾ ਇੱਥੋਂ ਅੱਗੇ ਸ਼ੁਰੂ ਹੁੰਦਾ ਕੰਮ ਕੁੜੀ ਵਾ ਖਰਚਾ ਇੱਥੋਂ ਅੱਗੇ ਸ਼ੁਰੂ ਹੁੰਦਾ ਵਾ ਮੈਂ ਵੀ ਇੱਕ ਰੂਮ ਤੇ ਇੱਕ ਬਾਥਰੂਮ ਹੋ ਗਿਆ ਜੇ ਤਿਆਰ ਕੰਮ ਕਹਿੰਦੇ ਖਿੱਚਿਆ ਪਿਆ ਮੁੰਡਿਆਂ ਨੇ ਲੈ ਵੀ ਮਿੱਤਰਾ ਗੱਲ ਏਦਾਂ ਵਾ ਪੈਲੀ ਸਾਨੂੰ ਵਿਹਲੀ ਨੀ ਮਿਲੀ ਸਵੇਰੇ ਤੇ ਮੈਂ ਨਾ ਜਦੋਂ ਸੈਰ ਕਰਨ ਗਿਆ ਤੇ ਮੈਂ ਵੇਖਿਆ ਮੈਂ ਪੈਲੀ ਵਿਹਲੀ ਮੈਨੂੰ ਵੇਖ ਕੇ ਮੇਰੇ ਦਿਮਾਗ 'ਚ ਫਿਰ ਸ਼ੈਤਾਨੀ ਦਿਮਾਗ ਮੇਰਾ ਚੱਲਿਆ ਮੈਨੂੰ ਇਹ ਕਿ ਅੱਜ ਰੂਬੀਕੋਨ ਦਾ ਹੀ ਪੈਲੀਆਂ ਦੇ ਵਿੱਚ ਨਾ ਰੂਬੀਕੋਨ ਦਾ ਤੇ ਇਹ ਬਾਅਦ 'ਚ ਪਾਵਾਂਗੇ ਜੇ ਮੈਨੂੰ ਇਹ ਕਿ ਮੈਂ ਵੇਖਿਆ ਸੀ ਭਲਾ ਕਿੰਨਾ ਹੀ ਜ਼ੋਰ ਮਾਰਦੀ ਆ ਕੀ ਪੱਲੇ ਕਰਤੂਤ ਹੈਂ ਇਹ ਤਾਂ ਵੀ ਰੂਬੀਕੋਨ ਦਾ ਜਾਣਾ ਮੇਰੇ ਹਿਸਾਬ ਨਾਲ ਬਾਕੀ ਇਹ ਅਰਜੂ ਹਾਂ ਜੇ ਰੋਡ 'ਤੇ ਪਾਈਏ ਨਾ ਫਿਰ ਪਤਾ ਤਾਂ ਉਦੋਂ ਮੈਂ ਤਾਂ ਮਨਿੰਦਰ ਨੇ ਡਰਾਈਵਰ ਨਾਲ ਭਜਾ ਕੇ ਦੇਖੀ ਟੋਰ ਕੋੜੀ ਸੜੀ ਗਈ ਰੂਬੀਕੋਨ ਦੀ ਅਤੇ ਗੱਲ ਇੱਦਾਂ ਵਾ ਕਿ ਅੱਜ ਅਸੀਂ ਨਾ ਮਾੜਾ ਜਿਹਾ ਫਨ ਹੀ ਕਰਨ ਲੱਗੇ ਹਾਂ ਸੀਰੀਅਸਲੀ ਨਹੀਂ ਲੈਣਾ ਇਸ ਚੀਜ਼ ਨੂੰ ਪ੍ਰੋਪਰ ਤਰੀਕੇ ਨਾਲ ਪਾਵਾਂਗੇ ਰੋਡ 'ਤੇ ਅੱਜ ਵੇਹਨੇ ਭਲਾ ਕਿੰਨਾ ਕੁ ਜ਼ੋਰ ਮਾਰਦੀ ਗੱਡੀ ਹੈ ਨਾ ਇਹਨਾਂ ਕੁ ਆਪਾਂ ਚੈੱਕ ਕਰਕੇ ਵੇਹਨੇ ਹਾਂ ਪੈਲੀ ਵਿਹਲੀ ਹੈਗੀ ਇੱਕ ਪਾਸੇ ਬੜੀ ਪਰ ਉਹ ਲੀਹ ਆ ਪੱਟੀ ਆ ਮਤਲਬ ਖੁੱਲ੍ਹੀ ਪੈਲੀ ਨਹੀਂ ਆ ਅਤੇ ਮਾੜਾ ਚੈੱਕ ਕਰਕੇ ਵੇਹਨੇ ਹਾਂ ਚਾਹ ਜੋ ਪੀ ਲਈਏ ਇੱਕ ਵਾਰ ਜੈਨਸ਼ਨ ਹੋ ਜਾਈਏ ਬੰਦੇ ਨੇ ਆਉਣਾ ਅੱਧੇ ਘੰਟੇ ਦਿੰਦੇ ਮਾਤਾ ਨੇ ਪੁੱਛਣਾ ਕਿ ਤੇਰਾ ਡੇਂਗੂ ਠੀਕ ਆ ਮਾਤਾ ਨੇ ਦੋਵੇਂ ਨੇ ਸੱਚ ਮਨਾਏ ਹੋਣੇ ਜੀ ਆਪਣੇ ਕਮਰੇ ਵੱਖਰੇ ਰੱਖੇ ਤਲਫਾਹਾ ਪਿਆ ਕਮਰੇ ਮੇਰੇ ਉਹ ਤਲਫਾਹਾ ਪਿਆ ਉਹ ਚ ਭਲਾ ਕੀ ਆ ਤਾਂ ਛੱਡ ਕੇ ਵੇਖੀ ਹਾਂ ਸ਼ਾਇਦ ਕੋਈ ਨਾ ਕੋਈ ਚੀਜ਼ ਲੱਭ ਹੀ ਆਵੇ ਪਰ ਰਹਿਣ ਨੀ ਦਿੰਦੇ ਬੰਦੇ ਛੱਡਦੇ ਹਜੇ ਤੇ ਗੋਰੀ ਨੀ ਆਉਣ ਡਿਆ ਗੋਰੀ ਬਿਜੀ ਹੋਇਆ ਪਿਆ ਗੋਰੀ ਤੇ ਛੱਡਦਾ ਕੁਛ ਨੀ ਗੁਰੂ ਹੈਂ ਲੈ ਵੀ ਆਹ ਲਵਾਤਾ ਜੀ ਟਾਇਰ ਬਹੁਤ ਦਿਨਾਂ ਲਵਾਇਆ ਪਰ ਫਿਰ ਹਜੇ ਵੀ ਕਮੈਂਟ ਆਈ ਜਾਂਦੇ ਕਹਿੰਦੇ ਵੀਰੇ ਟਾਇਰ ਨੇ ਸੋਹਣੀ ਲੱਗਦੀ ਜਾਣ ਮੇਰੀ ਇਹ ਸਹੀ ਗੱਲ ਆ ਉਹ ਜਿਹੜੀ ਇਕੱਲੀ ਸਟੱਪਣੀ ਆ ਉਹ ਥਾਰ 'ਤੇ ਜਾਈ ਸੋਹਣੀ ਲੱਗਦੀ ਆ ਅਤੇ ਇਹਦੀ ਨਾ ਥੋੜ੍ਹੀ ਜਿਹੀ ਬੈਕ ਸਾਈਡ ਵੱਡੀ ਆ ਅਤੇ ਉਹਦਾ ਕਰਕੇ ਇਹ ਫਿਰ ਟਾਇਰ ਨਾਲ ਥੱਬਦੀ ਆ ਇੱਕ ਸੇਫਟੀ ਵੀ ਯਾਰ ਚਾਹੀਦੀ ਆ ਨਾ ਇੱਕ ਵੀਰ ਦਾ ਕਮੈਂਟ ਆਇਆ ਕਹਿੰਦਾ ਕਿ ਯਾਰ ਜੇ ਕਿਤੇ ਪੈਂਚਰ ਹੋ ਜਾਵੇ ਤਾਂ ਚਲੋ ਬਾਬਾ ਸੁੱਖ ਰੱਖੇ ਕੰਮ ਨਾ ਹੀ ਹੋਵੇ ਪਰ ਫਿਰ ਵੀ ਸਹੀ ਗੱਲ ਹੈ ਵੀਰ ਦੀ ਇੱਕ ਰੋਟੀ ਨਾ ਕੁਛ ਨਹੀਂ ਬਾਹਰ ਰੋਟੀ ਘੋਲ ਲਾਇਆ ਦੋ ਰੋਟੀਆਂ ਤਾਜ਼ੀ ਦੋ ਆ ਫਿਰ ਠੀਕ ਹੈ ਰੋਟੀਆਂ ਵੀ ਆ ਹੋਣੀਆਂ ਕਾਹਨੂੰ ਗੱਲਾਂ ਥੋੜ੍ਹੀਆਂ ਨਹੀਂ ਰੋਟੀ ਨਾਲ ਚਾਰ ਨਾਲ ਚਾਹ ਨਾਲ ਸਰਪੰਚ ਹੋਣੀ ਬੈਠੇ ਵਾ ਤੇ ਕਹਿੰਦੇ ਕਾਹਨੂੰ ਗੱਲਾਂ ਹੋਣੀਆਂ ਖਾਲਾ ਤੈਨੂੰ ਭੁੱਖ ਲੱਗ ਜਾਣੀ ਵੇਖ ਲਾ ਉੱਥੋਂ ਲੈ ਕੇ ਆ ਨਾ ਫਿਰ ਕਸ਼ਟ ਕਰ ਉੱਠਣ ਦਾ ਆਏ ਹਾਏ 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 ਇਹਦੇ ਕਾਹਨੂੰ ਗੱਲਾਂ ਆ ਗਈਆਂ ਸਰਪੰਚ ਖਾ ਕੇ ਤੇ ਆਪਾਂ ਫਿਰ ਕਰੀਏ ਕਰ ਵੀ ਯਾਰ ਭਰਾ ਇਹਨੂੰ ਵੀ ਚਲਾਉਣ ਲੱਗੇ ਜੇ ਹੈਂ ਇਹ 'ਚ ਵੀ ਪਾਲੇ ਤੇਲ ਕੇ ਗਾ ਬਸ ਠੀਕ ਹੈ ਹੁੰਦਾ ਤਾਂ ਲੈ ਪਹਿਲੀ ਕਿਤੇ ਸਟਾਰਟ ਆ ਚੱਲ ਵੀ ਮਿੱਤਰਾ ਬਾਅਦ ਚੈੱਕ ਕਰੋ ਤੁਸੀਂ ਬੁਲਟ ਦੀ ਇੱਕ ਸੱਜਣ ਕਹਿੰਦਾ ਮੈਨੂੰ ਦੇ ਦਿਓ ਯਾਰ ਵਿਹਲਾ ਲੱਗਾ ਵਾ ਨਹੀਂ ਜਾਣੀ ਦੇ ਨਹੀਂ ਸਕਦੇ
ਚੀਜ਼ਾਂ ਚੀਜ਼ਾਂ ਆਪੋ ਆਪਣੀਆਂ ਚੀਜ਼ਾਂ ਦੀ ਕੋਈ ਸਾਂਝ ਭੈਲੀ ਨਹੀਂ ਭਾਅ ਜੀ। ਦਸਰਾ ਚੀਜ਼ ਦੇ ਦਿਓ, ਇੱਕਰਾ ਨਾ ਕਰ ਦਿਓ ਅਤੇ ਕੁੜੀ ਮੂੰਹ ਬਣ ਜਾਂਦਾ। ਇਸ ਕਰਕੇ ਚੀਜ਼ਾਂ ਦੀ ਕੋਈ ਸਾਂਝ ਨਹੀਂ, ਠੀਕ ਹੈ। ਮਿਹਨਤ ਕਰੋ ਅਤੇ ਲਓ ਮੇਰਾ ਭਰਾ, ਸਾਨੂੰ ਕਿਹੜੀਆਂ ਉੱਦਾਂ ਡੇਪੀਆਂ, ਮਿਹਨਤ ਕਰਕੇ ਲਈਆਂ ਭਰਾਵਾ। ਗੱਲ ਪਰ ਸਵੇਟਰ ਪਾ ਲਾਂਗੇ, ਆਹੋ ਵੇਖੀ ਸੀ ਹੈ ਆਪਾਂ, ਮਾੜਾ ਵੇਖਣਾ ਹੈ ਕੀ ਕਰਦੀ ਆ। ਘਰ ਸਰਪੰਚ ਥਾਰ ਜੀ ਸਿੱਧੀ ਇਹ ਬਸ ਨੂੰ, ਇਹਦੇ ਬਸ ਆਪਾਂ ਵੇਖਣਾ ਜ਼ੋਰ ਜ਼ੋਰ ਲਵਾਂਗੇ ਕਿ ਉਹ ਕਿੰਨਾ ਪੈਡਲ ਲੈਂਦੀ ਹੈ, ਕਿੰਨੀ ਰੇਸ ਲੈਂਦੀ ਆ। ਨਹੀਂ ਆਪਾਂ ਦੇਣੀ ਨਾ ਰੇਸ, ਇਹਨਾਂ ਉਹ ਲੈ ਜੇ ਤੂੰ ਗੇ ਰੇਸ ਕਿੰਨੀ ਉਹਦੀ, ਇਹ ਵੀ ਟੇਟਰ ਨਾਲ ਤੂੰ ਤੂੰ ਖੜਦੀ ਮੇਨੇ ਅੱਜ ਦਾ ਹੈਂ, ਉਹ ਟੇਟਰ ਨੂੰ ਤੂੰ ਖੜਦੀ ਹੈ ਪਰ ਜਾਨ ਬੜੀ ਚਕੁੜੀ ਹੋਈ ਹੈ ਹੈਂ। ਝੜਕਾ ਨੀ ਮਰਾਉਣਾ ਆਰਾਮ ਨਾਲ, ਕੋਈ ਕਾਲੀ ਨੀ ਗੱਡੀਆਂ ਦੋਵੇਂ ਆਪਣੀਆਂ ਲਿਆਓ, ਫਿਰ ਕਰੋ ਇਹਨੂੰ ਸਿੱਧੀ ਕਰੋ, ਉਧਰ ਨੂੰ ਕਰ ਲਓ ਪਰਲੇ ਬਸ। ਚੱਲ ਸਰਪੰਚ ਕਰ ਸਿੱਧੀ, ਸੂਰਜ ਅੱਡ ਡੁੱਬ ਜਾਣਾ ਵੇਲਾ ਇੱਥੇ ਆ ਸੂਰਜ ਅਤੇ ਨਾ ਮਿੰਟੋ ਮਿੰਟ ਠਾਹ ਜਾਣਾ ਇੱਥੋਂ ਬਾਅਦ ਆਉਂਦੇ ਹੁਣ ਹੈਂ। ਮੈਂ ਵੇਲੋ ਕਿੰਨਾ ਹੈਗਾ ਮਤਲਬ 6:28 ਹੋ ਗਏ, ਸੂਰਜ ਦਿਖਣ ਡਿਆ ਨਾ, ਦਸ ਮਿੰਟਾਂ ਨੂੰ ਸੂਰਜ ਦਿਖਣਾ ਨਹੀਂ। ਚੱਲ 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 ਚੱਲ, ਇਹਦਾ ਮੂੰਹ ਪਰਾਂ ਨੂੰ ਕਰਦੇ ਨਾ ਇੱਕ ਦਾ, ਇੱਥੇ ਬਾਲੇ 'ਤੇ ਮੜਾ ਜਾ, ਮੈਂ ਵੇਖਣਾ ਸੀ ਜ਼ੋਰ ਜਿਹਾ ਮਰਾ ਕੇ ਕਿੰਨਾ ਜ਼ੋਰ ਮਾਰਦੀ ਉਹ ਹੈਨਾ। ਉਦੋਂ ਪੈਲੀ ਪਰਲੀ ਵਿਹਲੀ ਸੀ ਅਤੇ ਉਹਨਾਂ ਨੇ ਖੇਲਾਂ ਕੱਢਤੀਆਂ ਨਹੀਂ, ਦੁੱਧ ਬੜਾ ਨਜ਼ਾਰਾ ਆਉਣਾ ਸੀ ਅੱਜ ਨਹੀਂ, ਉਹ ਉੱਦਾਂ ਹੀ ਮੈਂ ਘੁਮਾ ਕੇ ਦੇਖਣੀ ਸੀ, ਪਾਵਰ ਚੈੱਕ ਕਰਨੀ ਸੀ ਮਾੜੀ ਜੀ ਕਿੰਨੀ ਪਾਵਰ ਮਾਰਦੀ। ਚਲੋ ਬਸ ਬਸ, ਗਾੜੀ ਕਿਤੋਂ ਲਈ ਜਾਂਦਾ ਸਰਪੰਚ, ਪਹਿਲਾਂ ਕੀ ਸਿੰਗ ਰਹੀ ਜਾਂਦਾ, ਮੱਠਾ ਮੱਠਾ ਜ਼ੋਰ ਮਰਾ ਕੇ ਵੇਖ ਲੈਂਦੀ ਹਾਂ ਕੀ ਕਹਿੰਦੀ, ਪਰ ਇਹਨੂੰ ਚਾਹੀਦਾ ਥਾਂ ਖੁੱਲ੍ਹਾ ਹੈਨਾ, ਇਹ ਨਾ ਸੱਟਾਂ 'ਤੇ ਵੱਜ ਕੇ ਇਹਦਾ ਵੀਲ ਵੂਲੀ ਛਿੱਲੇ ਜਾਣਾ ਭੈਣ 'ਚੋਂ, ਹੋਰ ਖਰਚਾ ਪਿਆ ਜੀ ਹੈ ਦੱਸਦੇ ਨਹੀਂ ਕੀ ਆਉਂਦਾ। ਕਹਿੰਦੇ ਮੰਨਾ ਵੀ ਆ ਗਿਆ ਜੀ ਹੈ, ਬੰਦੇ ਨੂੰ ਪੁੱਛਦਾ ਹਾਲ ਚਾਲ ਕਿਹੜੇ ਵਾਂਢੇ ਗਿਆ ਸੀ, ਕਰਦੇ ਵਲੋਗ ਵੇਖ ਲੈਣਾ, ਕਹਿੰਦਾ ਵਾਂਢੇ ਤਾਂ ਗਿਆ ਨਹੀਂ, ਇਹ ਕਿਹੜੇ ਵਾਂਢਾ ਵੇਖ, ਬੱਲਾ ਬੱਲਾ ਕਹਿੰਦੇ ਮੁੰਡਾ ਵਾਂਢਾ ਵੇਖ ਕੇ ਆ ਗਿਆ ਵਾ ਹੈ, ਕੱਪੜਾ ਪਾਤਾ ਰੰਗ ਨਾ ਤੂੰ, ਮੈਂ ਮਾੜਾ ਵੇਖਣਾ ਆਪਾਂ ਬਸ ਸ਼ੋਸ਼ਾ ਹੀ ਕਰਕੇ ਰੱਖਣਾ, ਨਹੀਂ ਖਿਸਕਦੀ ਨਹੀਂ ਖਿਸਕਦੀ, ਵੇਖਣਾ ਹੀ ਆ ਬਸ, ਪਾਵਰ ਹੀ ਚੈੱਕ ਕਰਨੀ ਮਾੜੀ ਜੀ ਕੀ ਆਉਂਦੀ ਆ। ਚੱਲ ਸਰਪੰਚ ਬਹਿ ਵਿੱਚ, ਬਾਪੂ ਬਹਿ ਵਿੱਚ, ਬਹਿ ਸਹੀ ਮਾੜਾ ਜਿਹਾ, ਉਹ ਨਹੀਂ ਲੈ ਉਹ ਨਹੀਂ ਹੁੰਦਾ, ਨਹੀਂ ਲਿਖੜ ਉਹ ਬਹਿ, ਉਹ ਮਜ਼ੇ ਉਹ ਮਜ਼ੇ ਮੈਂ ਜ਼ੋਰ ਹੀ ਬਣਾਉਣਾ, ਮੈਂ ਵੀਡੀਓ ਬਣਾਉਣਾ ਵਾ, ਉਹ ਮਾੜਾ ਜ਼ੋਰ ਚੈੱਕ ਕਰਨਾ ਕੁਛ ਨਹੀਂ ਆਇਆ, ਪਿਆ ਪਿਆ ਬਸ ਨੋਰਮਲ ਹੌਲੀ ਹੌਲੀ ਦੇਖਦੇ ਹੋ ਨਾ, ਸ਼ੀਸ਼ਾ ਡਾਊਨ ਕਰ ਲਓ ਇੱਧਰਲਾ, ਆਹ ਕਰੇ ਡਾਊਨ ਸ਼ੀਸ਼ਾ ਜਿਹੜਾ ਆਹ ਕਰਿਓ ਇੱਧਰਲਾ ਇੱਧਰਲਾ, ਸੀਟ ਥੱਲੇ ਹੋਣੀ ਪਰਲੇ ਪਾਸੇ ਥੱਲੇ ਆਵੇ ਰੱਸੀ, ਉਹ ਸ਼ੀਸ਼ਾ ਡਾਊਨ ਕਰਿਓ ਤੁਹਾਨੂੰ ਬਾਤ ਸਮਝੂਗੀ, ਉਹ ਵਿੱਚੋਂ ਉੱਥੋਂ ਉੱਥੋਂ ਆਵੇ ਇੱਥੋਂ। ਚੱਲ ਸਰਪੰਚ ਮਜ਼ੇ ਮਜ਼ੇ, ਗਾਂਹ ਕਰ ਥੋੜ੍ਹੀ ਜੀ, ਗਾਂਹ ਕਰ ਥੋੜ੍ਹੀ ਜੀ, ਗਾਂਹ ਕਰਦੇ ਥੋੜ੍ਹੀ ਜੀ, ਆਇਆ ਮੰਨੇ ਪਿੱਛੇ ਤੂੰ, ਆਹ ਪਹਿਲਾਂ ਪਹਿਲਾਂ ਅਜੇ ਮੰਨੇ ਇੱਥੇ ਖਲੋਜਾ, ਇੱਥੇ ਪਰਾਂ ਖਲੋਜਾ। ਚੱਲ ਚਲੋ ਚਲੋ ਚਲੋ, ਉਹ ਚਲੋ ਤੁਸੀਂ ਰੇਸ ਕਿਉਂ ਨਹੀਂ ਦਿੰਦੇ, ਪਛਾਣ ਆਉਂਦੇ ਬਾਪੂ ਨੇ ਗੇਅਰ ਹੀ ਨਹੀਂ ਪਾਇਆ, ਤੇ ਕਿੱਥੇ ਗੇਅਰ ਪਾਇਆ, ਗੇਅਰ ਪਾਇਆ ਤਾਂ ਗੱਡੀ ਹਿਲਦੀ ਨਾ, ਲੈ ਖਲੋਜਾ ਖਲੋਜਾ ਅਜੇ
ਓ ਨਹੀਂ ਭਰਾਵਾ ਖਵਾਇਆ ਖਵਾਇਆ ਸਰਪੰਚ ਇੱਕ ਮਿੰਟ ਖਵਾਇਆ ਖਵਾਇਆ ਬਾਪੂ ਤੂੰ ਜਾਇਜ ਸਲੀ ਕਰਾਤੀ ਯਾਰ ਗਲਤ ਗੱਲ ਆ ਤੇ ਓ ਖਵਾਇਆ ਇੱਕ ਮਿੰਟ ਓ ਖਲੋਜਾ ਗੁਰੂਆ ਸਰਪੰਚ ਡਰਦਾ ਹੈ ਖਲੋਜਾ ਇੱਕ ਮਿੰਟ ਖਲੋਜਾ ਹੈ ਤੁਸੀਂ ਬਹੁਤ ਦਰ ਤੁਸੀਂ ਬਹੁਤ ਦਰ ਗੇਅਰ ਕੱਢਦਾ ਗੇਅਰ ਪਿਆ ਜੇ ਨਹੀਂ ਨਿਕਲਿਆ ਸਿੱਧਾ ਸਿੱਧਾ ਪੀ ਪਾ ਦੋ ਬਸ ਸਰਪੰਚ ਤੂੰ ਆ ਜਾ ਤੂੰ ਵੀਡੀਓ ਬਣਾ ਬਾਪੂ ਕਹਿੰਦਾ ਬਾਪੂ ਤੜਿਆ ਬੜਾ ਬਾਪੂ ਨੂੰ ਭਾਈ ਥਾਰ ਚ ਇੱਧਰ ਬਾਪੂ ਨੂੰ ਬਾ ਤੂੰ ਆ ਇੱਧਰ ਹੈ ਗੁਰੂਆ ਗੇੜਾ ਬਹੁਤ ਜ਼ਿਆਦਾ ਇਹਦਾ ਕੁੜੀਆਂ ਵੀ ਥਾਇਦਾ ਤੇ ਬਹੁਤ ਜ਼ਿਆਦਾ ਚੱਕਰ ਇਹਦਾ ਹੈ ਕੀ ਉੱਡਿਆ ਡਿੱਗਸ ਉੱਡਿਆ ਨਾ ਮੈਂ ਵੀ ਵੇਖੀ ਮੈਂ ਵੀ ਵੇਖੀ ਚੀਜ਼ ਕਸ ਪੈ ਲੈਂਦਾ ਰੋ ਜਾ ਜਾਣ ਦੋ ਇਧਰੋਂ ਮੈਂ ਹੱਥ ਦਊਂਗਾ ਇੱਕ ਮਿੰਟ ਤੈਰ ਨੀ ਘੁਮਾਏ ਇਹਨੇ ਤੇ ਬਾਪੂ ਬਾਹਰ ਹੁਣ ਬਾਪੂ ਕੋ ਬਾਹਰ ਨਿਕਲ ਜਾਣ ਦੇ ਕਰ ਦੋ ਬੰਦ ਬੰਦ ਨਾ ਕਰੇ ਰਹਿਣ ਦੋ 2 ਮਿੰਟ ਉਹ ਤਾਂ ਗੁਰੂਆ ਕੀ ਮੈਂ ਜ਼ੋਰ ਵੀ ਲਵਾਇਆ ਤੇ ਨਹੀਂ ਪਰ ਇੱਕ ਚੀਜ਼ ਹੈਗੀ ਵੈਸੇ ਪਰ ਇਹ ਟਰੈਕਟਰ ਦੀ ਤਸੱਲੀਆਂ ਕਰਾਉਂਦੀ ਉਹ ਦਿਨ ਟਰੈਕਟਰ ਦਾ ਪਾ ਕੇ ਪਰ ਮੈਂ ਮੰਨੇ ਸੌ ਲੱਗੇ ਮਾੜਾ ਜ਼ੋਰ ਵੀ ਲਵਾਇਆ ਤੇ ਇਹ ਲਾਡੀ ਵੜਨ ਡਿਆ ਅੱਜ ਕੀ ਗੱਲ ਆ ਲਾਡੀ ਕੋ ਬੋਲੇ ਜਾਣ ਨਹੀਂ ਡਿਆ ਹੈ ਹੈ ਗਰਮ ਹੋ ਗਏ ਗਾਲ ਵਾਲਾ ਜ਼ਿਆਦਾ ਹੋਇਆ ਮੇਰੇ ਹਿਸਾਬ ਨਾਲ ਗੁਰੂਆ ਵੇ ਕਿਸ ਤੱਕ ਲੀਆਂ ਜਿਹੀਆਂ ਪੈ ਗਈਆਂ ਪਰ ਉਹ ਸਾਰੀ ਮੈਂ ਕਿਸ ਹਿਸਾਬ ਲਾਇਆ ਬਹੁਤ ਜ਼ਿਆਦਾ ਜ਼ੋਰ ਆ ਇਹਦੇ ਮੈਂ ਵੀ ਮਿੱਤਰਾ ਆਹ ਥਾਰ ਦੀਆਂ ਘੀਸੀਆਂ ਹੋਈਆਂ ਸਾਰੀਆਂ ਉਹਦਾ ਤਾਂ ਮਾੜਾ ਜਿਹਾ ਵੀ ਨਾ ਲਾਲੋ ਸਾਹਿਬ ਕਿ ਮੈਂ ਆਪ ਆਪਣੇ ਹੱਥਾਂ ਨਾਲ ਚਲਾ ਕੇ ਵੇਖੀ ਆ ਕਿ ਲਾਲੋ ਸਾਹਿਬ ਕਿ ਆਰ ਪੀ ਐਮ ਇੱਕ ਤੋਂ ਤਾਂ ਹੋਣੀ ਖੜੇ ਨੋਰਮਲੀ ਲੈ ਗਈ ਖਿੱਚ ਕੇ ਆਰ ਪੀ ਐਮ ਨਹੀਂ ਵਧਾਏ ਮੈਂ ਮਾੜਾ ਮੱਠਾ ਮੱਠਾ ਜ਼ੋਰ ਲਵਾਇਆ ਲੈ ਗਈ ਧੂਗੇ ਗੁਰੂ ਮਿੰਟੋ ਪਰ ਆਪਾਂ ਟਰੈਕਟਰ ਦਾ ਪਾਉਣਾ ਕਿਤੇ ਟਰੈਕਟਰ ਦਾ ਪਹਿਲੀ 'ਚ ਪਾਵਾਂਗੇ ਹੈ ਨਾ ਪਏ ਤੇ ਜਿੱਥੇ ਘਾਹ ਵਾ ਜ਼ਿਆਦਾ ਗੱਲ ਹੋਈ ਨਾ ਜੇ ਟਰੈਕਟਰ ਤੋਂ ਧੂਗੇ ਲੈ ਗਈ ਨਾ ਫਿਰ ਇੱਕ ਥਾਰ ਇੱਕ ਟਰੈਕਟਰ ਪਾਵਾਂਗੇ ਮੈਂ ਜੇ ਟਰੈਕਟਰ ਤੋਂ ਧੂਗੇ ਲੈ ਗਈ ਨਾ ਗੱਡੀ ਉਹ ਪਹਿਲੀ 'ਚ ਮੈਂ ਨਾ ਮਾਸਾ ਇੱਕ ਪੁਆਇੰਟ ਸਲਿੱਪ ਨਹੀਂ ਗੱਡੀ ਸਾਲੀ ਨੇ ਲਾ ਦੋ ਮੰਦਰ ਹੈ ਹੈਗੀ ਗੱਲਬਾਤ ਹੈ ਉਕੇ ਰਿਪੋਰਟ ਵਾਲੀ ਹੈ ਇੱਕ ਟਾਈਲਾਂ ਤੇ ਪਤਾ ਲੱਗਦਾ ਨਾ ਇਹ ਤਾਂ ਮੈਂ ਬਾਅਦ ਚ ਤੁਸੀਂ ਪੂਰੀ ਕੀ ਸਿਗਰਾ ਦੀ ਮੈਂ ਫਿਰ ਮਾੜੀ ਰੇਸ ਦਿੱਤੀ ਜਾ ਕੇ ਇਹਨੇ ਦੋਵੇਂ ਸਪਾਲਾ ਕਰਨੇ ਟੁੰਡੇ ਜੇ ਸ਼ੀਸ਼ਾ ਚੜਾ ਦੋ ਮਾੜਾ ਜਿਹਾ ਨਹੀਂ ਮੈਂ ਆਪਾਂ ਨਾ ਪਰ ਇੱਕ ਚੀਜ਼ ਹੈਗਾ ਟਰੈਕਟਰ 'ਚ ਵੀ ਬੜੀ ਪਾਵਰ ਹੁੰਦੀ ਆ ਪੈਲੀ 'ਚ ਟਰੈਕਟਰ ਜ਼ਿਆਦਾ ਜ਼ੋਰ ਮਾਰਦਾ ਨਾ ਪੈਲੀ 'ਚ ਪਾ ਕੇ ਵੇਖਣਾ ਆਪਾਂ ਕਿਤੇ ਫਿਰ ਹੈਨਾ ਭਲਕੇ ਨਹੀਂ ਅਗਲੇ ਹਫ਼ਤੇ ਪਾ ਕੇ ਵੇਖਾਂਗੇ ਪਰ ਆਪਣੀ ਨਵੀਂ ਥਾਰ ਆ ਲੈਂਦੇ ਜਿੱਦਾਂ ਨਵੀਂ ਥਾਰ ਆ ਗਈ ਨਾ ਦੋਵੇਂ ਨਵੀਂ ਥਾਰਾਂ ਦਾ ਮਤਲਬ ਕਿ ਨਵੀਂ ਥਾਰ ਅਤੇ ਪੁਰਾਣੀ ਥਾਰ ਇੱਕ ਪਾਸੇ ਇਕੱਲੀ ਰੂਬੀਕੋਨ
ਤੇ ਖੁੱਲਾ ਥਾਂ ਜਾਂ ਸਕੂਲ ਵਾਲੀ ਗਰਾਊਂਡ ਨਹੀਂ ਆਪਣੀ ਪਿੰਡ ਵਾਲੀ ਬੰਨੇ ਉਹ 'ਚ ਲੈ ਜਾਵਾਂਗੇ ਹਨਾ ਹਾਂ ਪਿੰਡ ਪਿੰਡ ਵਾਲੀ ਗਰਾਊਂਡ 'ਚ ਵੇਖਾਂਗੇ ਕਰਕੇ ਨਹੀਂ ਕਿਹੜੇ ਵਾਂਡੇ ਗਏ ਮਾੜੇ ਮਾਸੀ ਕੋ ਸਾਡਾ ਘਰ ਤੈਨੂੰ ਪਤਾ ਕਿਹੜੀ ਮਾਸੀ ਗਿਆ ਮਾਸੀ ਤੋਂ ਗਿਆ ਕਿਹੜੀ ਤੂੰ ਜੇ ਘਰ ਦੇ ਲੋਕ ਵੇਖਣਾ ਕਹਿੰਦਾ ਅਸੀਂ ਤਾਂ ਮਾਸੀ ਵੀ ਭੇਜਣੀ ਕਿਹੜੀ ਮਾਸੀ ਚੱਲ ਗਿਆ ਮਾਸੀ ਤੋਂ ਗਿਆ ਮਾਸੀ ਕਿਹੜੀ ਮਾਸੀ ਤੋਂ ਮਾਸੀ ਦਾ ਨਾਂ ਕੀ ਹੈ ਹੈ ਦੱਸ ਐਵੇਂ ਹੱਥ ਮਾਰੀਏ ਤਾਰ ਲੰਘੀ ਹੁੰਦੀ ਕਿਵੇਂ ਨਾਂ ਕੀ ਮਾਸੀ ਮਾਸੀ ਤੋਂ ਗਿਆ ਸੀ ਭਰਾ ਨਾਂ ਕੀ ਮਾਸੀ ਦਾ ਮਾਸੀ ਆਇਆ ਕਿੱਥੋਂ ਉਹ ਸਾਨੂੰ ਨਹੀਂ ਜਾਣਦੀ ਕਿਤੇ ਮਾਸੀ ਉਹ ਕਈ ਆਹ ਕਈ ਡੀਲ ਡਨ ਕਰੀ ਜਾਂਦੀ ਹੈ ਬੋਲ ਜੀ ਉਹ ਬੋਲ ਜੀ ਮੰਗਾਇਆ ਨਾ ਆਈਡੀਆ ਬੋਲੀ ਪਈ ਬੜੀ ਬਸਰ ਗਿਆ ਕੈਬ ਤੇ ਗਿਆ ਸੀ ਕੈਬ ਵਾਲਾ ਪੈਣ ਲਵੇ ਕਿਤੇ ਕਿਰਾਏ ਨਿੱਕਾ ਵਾਲਾ ਮਾਰ ਨਦਰ ਤੇ ਅੱਜ ਲਿੰਕ ਵੱਡੇ ਗੱਲ ਏਦਾਂ ਵਾ ਕਿ ਪਹਿਲਾਂ ਆਪਣਾ ਸੋਢੀ ਦਾ ਫੋਨ ਸੋਢੀ ਚਾਚਾ ਕਹਿੰਦਾ ਜਨਾਲੀ ਆ ਜਾ ਮੈਂ ਕਿਹਾ ਨਹੀਂ ਯਾਰ ਟਾਈਮ ਨਹੀਂ ਪਾਸ ਹੋਣ ਡਿਆ ਜਨਾਲੀ ਨਹੀਂ ਆਉਣਾ ਪਰ ਇੱਕ ਨਾ ਬੜੇ ਦਿਨਾਂ ਦੀ ਨਾ ਮੈਂ ਜਿੱਦਾਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਹੈ ਨਾ ਸਾਡੇ ਨਾ ਲਾਗੇ ਗੁਰਦੁਆਰਾ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਦਾ ਅਤੇ ਜਦੋਂ ਆਪਾਂ ਅਰਦਾਸ ਬੇਨਤੀ ਕਰਦੇ ਹਾਂ ਆਪਾਂ ਕਈ ਵਾਰ ਗੁਰੂ ਸਾਹਿਬਾਨਾਂ ਦੇ ਨਾਂ ਲੈਂਦੇ ਹਾਂ ਹੈ ਨਾ ਜਾਂ ਆਪਾਂ ਜਿਹੜੇ ਗੁਰਦੁਆਰਾ ਸਾਹਿਬ ਹੁੰਦੇ ਹਾਂ ਉੱਥੋਂ ਦਾ ਨਾਂ ਲੈਂਦੇ ਹਾਂ ਅਤੇ 2 ਮਹੀਨੇ 2.5 ਮਹੀਨੇ ਪਹਿਲਾਂ ਮਤਲਬ ਕਿ ਮੈਂ ਜਦੋਂ ਗੁਰੂ ਸਾਹਿਬਾਨਾਂ ਦੇ ਨਾਂ ਲੈਂਦਾ ਅਤੇ ਉਸ ਤੋਂ ਬਾਅਦ ਨਾ ਬਾਬਾ ਬੁੱਢਾ ਸਾਹਿਬ ਜੀ ਦਾ ਨਾਮ ਮੈਂ ਲੈਂਦਾ ਨਾ ਹੀ ਮਤਲਬ ਕਿ ਚਾਣਚੱਕ ਹੀ ਮਤਲਬ ਕਿ ਲੈਣਾ ਸ਼ੁਰੂ ਕੀਤਾ ਜਿਹਦੇ ਆਪਾਂ 10 ਗੁਰੂ ਸਾਹਿਬਾਨਾਂ ਦੇ ਨਾਂ ਲੈਂਦੇ ਹਾਂ ਜਾਂ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਦੇ ਹੈ ਨਾ ਅਤੇ ਅੱਜ ਕੀ ਸਬੱਬ ਬਣਿਆ ਹਰਮਨ ਦਾ ਫੋਨ ਆਇਆ ਕਹਿੰਦਾ ਕਿੱਥੇ ਆ ਮੈਂ ਕਿਹਾ ਘਰੇ ਪਹਿਲਾਂ ਸੋਢੀ ਦਾ ਆਇਆ ਸੋਢੀ ਕਹਿੰਦਾ ਜਨਾਲੀ ਆ ਜਾ ਬਹਿੰਦੇ ਘੜੀ ਮੈਂ ਕਿਹਾ ਨਹੀਂ ਯਾਰ ਮੈਂ ਕਿਹਾ ਹਨੇਰਾ ਬੜਾ ਆਇਆ ਕੀ ਕਰੂੰ ਆ ਕੇ ਹੈ ਨਾ ਅਤੇ ਕਹਿੰਦਾ ਚੱਲ ਵੇਖ ਲਈ ਮੈਂ ਜਨਾਲੀ ਆ ਜੀ 2 ਘੰਟੇ ਚੱਲ ਜੇ ਬਣਿਆ ਮੂਡ 'ਤੇ ਆ ਜੀ ਉਸ ਤੋਂ ਬਾਅਦ 10 ਮਿੰਟ ਬਾਅਦ ਹਰਮਨ ਦਾ ਆ ਗਿਆ ਅਤੇ ਹਰਮਨ ਕਹਿੰਦਾ ਬਾਬਾ ਬੁੱਢਾ ਸਾਹਿਬ ਜਾਣਾ ਚੱਲੀਏ ਅਤੇ ਮੈਂ ਕਿਹਾ ਚੱਲ ਜਾਂਦੇ ਹਾਂ ਹੈ ਨਾ ਅਤੇ ਵੇਖ ਲਓ ਕਿੱਡਾ ਸਬੱਬ ਬਣਿਆ ਰੱਬ ਆਪੇ ਕਰਦਾ ਜੋ ਵੀ ਕਰਦਾ ਹੈ ਨਾ ਉਹਦੀ ਮਿਹਰ ਰਹਿਣ ਤਾਂ ਸਭ ਕੁਝ ਹੁੰਦਾ 2-2.5 ਮਹੀਨੇ ਪਹਿਲਾਂ ਬਾਬਾ ਜੀ ਦਾ ਨਾਂ ਜਪਣਾ ਸ਼ੁਰੂ ਕੀਤਾ ਮੈਂ ਅਤੇ ਅੱਜ ਉਹਨਾਂ ਦੇ ਉੱਥੇ ਦਰਸ਼ਨ ਵਾਸਤੇ ਮੈਂ ਚੱਲਿਆ ਹੈ ਨਾ ਇਹਦਾ ਮੈਂ ਤਾਂ ਗੱਲ ਸ਼ੇਅਰ ਕੀਤੀ ਕਿ ਰੱਬ ਕਰਾਮਾਤਾਂ ਕਰਦਾ ਜੇ ਆਪਾਂ ਤਾਂ ਨਾਂ ਲੈਂਦੇ ਹਾਂ ਤਾਂ ਨਾਂ ਜਪਦੇ ਹਾਂ ਨਾ ਆਪਣੀ ਜ਼ਿੰਦਗੀ 'ਚ ਕਰਾਮਾਤਾਂ ਹੁੰਦੀਆਂ ਅਤੇ ਆਪਣੇ ਘਰ ਵੀ ਉਹ ਆਪਾਂ ਨੂੰ ਖੁਦ ਲੈ ਕੇ ਜਾਂਦਾ ਜੇ ਤਾਂ ਹੁਕਮ ਨਾ ਹੋਵੇ ਤਾਂ ਆਪਾਂ ਗੁਰਦੁਆਰਾ ਸਾਹਿਬ ਦੇ ਲਾਗੇ ਬੰਨੇ ਵੀ ਨਹੀਂ ਜਾ ਸਕਦੇ ਅੰਦਰ ਜਾਣਾ ਤਾਂ ਬੜੀ ਦੂਰ ਦੀ ਗੱਲ ਆ ਹੈ ਨਾ ਅਤੇ ਆ ਜਾਓ ਦਰਸ਼ਨ ਮੇਲੇ ਕਰਕੇ ਉਹਦੇ ਨਾਲ ਮੈਂ ਲੈ ਕੇ ਚੱਲਾਂ ਆ ਜਾਓ ਚੱਲੇ ਭਾਈ ਕਹਿੰਦੇ ਚੀਟੀ ਵਰਨਾ ਪਿਆ ਇਹ ਇਹਦੇ ਲਿਫਾਫੇ ਵੀ ਨਹੀਂ ਉੱਥੇ ਉੱਥੋਂ ਕੱਢੀ ਜਾਂਦੇ ਜੇ ਗੱਡੀਆਂ ਕੀ ਦੱਸੀਏ ਜਿਹਦੇ ਘਰ ਚੱਲੇ ਉਹ ਦੇਈ ਜਾਂਦਾ ਜੀ ਮਹਾਰਾਜ ਦੇਣ ਦਿਆ ਰੱਬ ਦੇਣ ਵਾਲਾ ਜੀ ਅੱਜ ਗੁਰੂ ਨੇ ਟੋਚਨ ਪਾਇਆ ਰੂਬੀ ਗਾਉਂਦਾ ਥਾਰ ਦਾ ਉਹਦੇ ਗੁਰੂ ਆਰ ਪੀ ਐਮ ਦੀ ਨਾ ਇੱਕ ਜਿਹੜੀ ਆਰ ਪੀ ਐਮ ਇੱਕ ਹੁੰਦੀ ਇੱਕ ਤੋਂ ਲੈ ਕੇ 7 ਹੁੰਦੀ ਨਾ ਰੂਬੀਕੋਨ ਨੇ 1 RPM ਵੀ ਪੂਰੀ ਨਹੀਂ ਲਈ 1 RPM ਤੇ ਮਾੜੀ ਜਿਹੀ ਕਰਕੇ ਨਾ ਤੇ ਮਾੜਾ ਜਿਹਾ ਪੈਰ ਰੱਖਿਆ ਥਾਰ ਫੁੱਲ ਜ਼ੋਰ ਮਰਾਉਣ ਡਿਆ ਤੇਰੇ ਬਾਪੂ ਉਹ ਲੈ ਗਈ ਬੂਹੇ ਤੇ ਮਿੰਟੋ ਮਿੰਟੀ ਨਾਲਾ ਸਾਈ ਪਾਵਰ ਇੰਜਨ ਦੇ ਵਿੱਚ ਬੜਾ ਫਰਕ ਲੈ ਵੀ ਮਿੱਤਰਾ ਪਹੁੰਚ ਗਏ ਬਾਬਾ ਬੁੱਢਾ ਸਾਹਿਬ ਮਹਾਰਾਜ ਦੀਆਂ ਮੇਰਾ ਰਹਿਮਤਾਂ ਅੱਜ ਆਪੇ ਆਏ ਹਾਂ ਆਪਾਂ ਹਨਾ ਰੱਬ ਲੈ ਗਿਆ ਰੱਬ ਲੈ ਗਿਆ ਸੱਚੀ ਹਰਮਨਾ ਬੈਠੇ ਬੈਠੇ ਸਬੱਬ ਬਣ ਗਿਆ ਨਾ ਤੂੰ ਮੈਨੂੰ ਫੋਨ ਕੀਤਾ ਨਹੀਂ ਤੂੰ ਇਕੱਲੇ ਆ ਜਾਣਾ ਸੀ ਜੇ ਤੈਨੂੰ ਲੱਗਿਆ ਜਿਵੇਂ ਚੰਡੀਗੜ੍ਹ ਚੱਲ ਜਾਂਦਾ ਅੱਜ
ਰੂਬੀਕੌਨ ਦੇ ਜ਼ੋਰ ਦਾ ਪਰ ਲੱਗ ਗਿਆ ਤੇ ਬਾਕੀ ਜਾਣ ਮੇਰੀ ਹੈ ਗੱਲਾਂ ਬਾਤਾਂ ਤਾਂ ਬੜੀਆਂ ਕਰਨੀਆਂ ਪਰ ਨੀਂਦ ਆਉਂਦੀ ਏਦਾਂ ਸਾਡਾ ਪਲੈਨ ਹੈਗਾ ਸੀ ਅੱਜ ਚੰਡੀਗੜ੍ਹ ਜਾਣ ਦਾ ਹੁਣ ਅਸੀਂ ਰਾਤ ਤੁਰਨਾ ਸੀ ਪਰ ਨਹੀਂ ਨੀਂਦ ਨੇ ਘੇਰਾ ਪਾ ਲਿਆ 10:30 ਵਜੇ ਜੀ ਸਵੇਰੇ ਉੱਠਿਆ 5:30 ਵਜੇ ਦਾ ਅੱਜ ਕਿ ਚੱਲ ਸਵੇਰੇ ਤੜਕ ਚੰਡੀਗੜ੍ਹ ਜਾਣਾ ਸੀ ਅੱਜ ਆਇਆ ਨਹੀਂ ਗਿਆ ਕੋਈ ਕਰਮਾਂ 'ਚ ਦਾਣਾ ਪਾਣੀ ਲਿਖਿਆ ਸੀ ਬਾਬਾ ਬੁੱਢਾ ਸਾਹਿਬ ਗਏ ਉੱਥੋਂ ਕੜਾਹ ਪ੍ਰਸ਼ਾਦੀ ਦੇਖ ਬਾਬਾ ਜੀ ਨੇ ਖੁੱਲ੍ਹਾ ਗਫਾ ਦੇ ਦਿੱਤਾ ਨਾਲ ਅਤੇ 2 ਪ੍ਰਸ਼ਾਦੇ ਬਹਿ ਕੇ ਖਾਧੇ ਉੱਥੇ ਤਾਂ ਬੜਾ ਮਜ਼ਾ ਆਇਆ ਅਤੇ ਹੁਣ ਨਾ ਗੱਡੀ 'ਚ ਨੀਂਦ ਆਈ ਜਾਣ ਡੀ ਅਤੇ ਹੁਣ ਆ ਕੇ ਬਸ ਪਾਣੀ ਤਾਂ ਨਹੀਂ ਪੀਤਾ ਅਤੇ ਮੈਂ ਤੁਹਾਨੂੰ ਬਾਏ ਬਾਏ ਕਹਿ ਦਾਂ ਬਹੁਤ ਜ਼ਿਆਦਾ ਨੀਂਦ ਆਉਣ ਡੀ ਮਿਲਦੇ ਹਾਂ ਮੇਰੀ ਜਾਣ ਕੱਲ੍ਹ ਨਵੇਂ ਵਲੌਗ ਦੇ ਨਾਲ ਚੰਡੀਗੜ੍ਹ ਵਾਲੇ ਨਾਲ